ਜਿੱਥੇ ਸਟੇਜ ਬਣੀ ਹੈ, ਛੋਟੀ ਜਿਹੀ ਜਗ੍ਹਾ ਹੈ ਉੱਥੇ, ਜਿੱਥੇ ਰਾਵਣ ਨੂੰ ਜਿੱਥੇ ਜਲਾਇਆ ਗਿਆ ਅਤੇ ਅੰਦਰ ਕਵਰਡ ਏਰੀਆ ਹੈ, ਇੰਨਾ ਛੋਟਾ ਹੈ ਜਿੱਥੇ ਲੋਕਾਂ ਅੰਦਰ ਬਹਿਣਾ ਬਹੁਤ ਖਤਰੇ ਦੀ ਗੱਲ ਹੈ, ਜਿੱਥੇ ਉੱਥੇ ਜਲਾਇਆ ਜਾਏ। ਅਤੇ ਵੱਡੀ ਗੱਲ ਜਿਹੜੀ ਅਣਗਹਿਲੀ ਕੀਤੀ ਗਈ ਹੈ ਔਰਗਨਾਈਜ਼ਰ, ਮੈਂ ਕਹਿੰਦਾ ਸਭ ਤੋਂ ਵੱਡੀ ਅਣਗਹਿਲੀ ਔਰਗਨਾਈਜ਼ਰ ਦੀ ਹੈ। ਉਹਨਾਂ ਨੇ CCTV ਕੈਮ, ਜਿਹੜੀ TV CCTV LCD ਸਕਰੀਨਸ ਲਾਈਆਂ ਓਵਰ ਲੁਕਿੰਗ ਦਾ ਟਰੈਕ, ਵਰਟੀਕਲ ਟੂਵਰਡਸ ਦਾ ਟਰੈਕ। ਪਰਪਸ ਕੀ ਸੀ ਕਿ ਲੋਕ ਟਰੈਕ 'ਤੇ ਖੜ ਕੇ ਦੇਖਣ, ਸਭ ਤੋਂ ਪਹਿਲੇ ਆ ਇੱਕ ਸਭ ਤੋਂ ਵੱਡੀ ਅਣਗਹਿਲੀ ਹੈ ਕਿ ਤੁਸੀਂ ਇਨਕਰੇਜ ਕਰ ਰਹੇ ਹੋ ਕਿ ਲੋਕ ਟਰੈਕ 'ਤੇ ਖੜ ਕੇ ਦੇਖਣ। ਅਤੇ ਜਿਹੜੀ ਵੱਡੀ ਗੱਲ ਹੈ, ਤੁਸੀਂ ਸਾਰਿਆਂ ਨੇ TV 'ਚ, ਮੈਨੂੰ ਵੀ ਮੌਕਾ ਮਿਲਿਆ ਦੇਖਣ ਦਾ, ਤੁਸੀਂ ਵੀ ਦੇਖ ਰਹੇ ਹੋ, ਜਦੋਂ ਫੰਕਸ਼ਨ ਹੋ ਰਿਹਾ, ਫੰਕਸ਼ਨ ਦੇ ਔਰਗਨਾਈਜ਼ਰਸ ਬੜੇ ਮਾਣ ਨਾਲ ਕਹਿ ਰਹੇ ਹੈ ਕਿ ਜੀ ਆਹ ਦੇਖੋ ਸਾਹਮਣੇ, ਜਿੱਥੇ ਡਾਕਟਰ ਸਿੱਧੂ, ਮਿਸਿਜ਼ ਨਵਜੋਤ ਕੌਰ ਸਿੱਧੂ ਪ੍ਰੈਜੈਂਟ ਸੀਗੀ, ਉੱਥੇ ਕਹਿ ਰਹੇ ਹੈ ਕਿ ਆਹ ਸਾਹਮਣੇ ਦੇਖੋ ਰੇਲਵੇ ਟਰੈਕ 'ਤੇ 5000 ਬੰਦਾ ਖੜ੍ਹਾ। ਜੇ 500 ਬੱਸ ਟ੍ਰੇਨਾਂ ਵੀ ਚੱਲ ਜਾਣ ਉਹਨਾਂ ਦੇ ਉੱਤੋਂ ਦੀ, ਇਹਨਾਂ ਨੇ ਨਹੀਂ ਹਿੱਲਣਾ। ਤੁਸੀਂ ਕੀ ਮੈਸੇਜ ਕੀ ਦੇ ਰਹੇ ਹੋ? ਅਤੇ ਵੱਡੀ ਗੱਲ ਹੈ, ਆ ਇਹਦੀ ਕੋਈ ਪਰਮਿਸ਼ਨ ਨਹੀਂ। ਪਰਮਿਸ਼ਨ ਕਿਉਂ ਨਹੀਂ? ਕਿਉਂਕਿ ਉਹ ਮੰਤਰੀ, ਪਰਮਿਸ਼ਨ ਕਿਹਨੇ ਦੇਣੀ ਹੁੰਦੀ ਹੈ? ਲੋਕਲ ਬਾਡੀ ਡਿਪਾਰਟਮੈਂਟ ਨੇ, ਕਮਿਸ਼ਨਰ ਨੇ। ਅਤੇ ਕਿਉਂਕਿ ਲੋਕਲ ਬਾਡੀ ਮਿਨਿਸਟਰ ਆਪ ਹੈ, ਇਹਨਾਂ ਨੂੰ ਪਰਮਿਸ਼ਨ ਦੀ ਲੋੜ ਹੀ ਨਹੀਂ, ਕਿਸੇ ਕਾਰਨ ਨੂੰ ਇਨਫੋਰਮ ਦੀ ਲੋੜ ਨਹੀਂ। ਮੈਂ ਕਹਿੰਦਾ ਕੋਈ ਵੀ ਫੰਕਸ਼ਨ ਉੱਥੇ ਹੋਇਆ, ਆ ਸਾਰੀ ਨੌਲੇਜ ਡਾਕਟਰ ਸਿੱਧੂ ਦੇ, ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੇ ਵਿਸਿਜ਼, ਅਤੇ ਜਿਹੜਾ ਉੱਥੇ ਔਰਗਨਾਈਜ਼ ਕਮੇਟੀ ਇੱਕ ਹੈ, ਉਹਨਾਂ ਨੇ ਇਹ ਫੰਕਸ਼ਨ ਕੀਤਾ। ਮੈਂ ਕਹਿੰਦਾ ਸਭ ਤੋਂ ਵੱਡੀ ਆ, ਕੋਈ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਕਿਸੇ ਨੇ ਕਿਹਾ ਕਿ ਇਹ ਨੈਚੁਰਲ ਡਿਜ਼ਾਸਟਰ ਹੈ। ਆਹ ਕੋਈ ਨੈਚੁਰਲ ਡਿਜ਼ਾਸਟਰ ਨਹੀਂ, ਆ ਮੈਂ ਕਹਿ ਸਕਦਾ ਮੈਸਕਰ ਹੈ, ਮੈਸਕਰ। ਲੋਕਾਂ ਨੂੰ ਮੈਂ ਮਿਲਿਆ, ਜਿਹੜੇ ਉੱਥੇ ਪਰਿਵਾਰ ਮਿਲੇ ਹੈ, ਹਰ ਬੱਚੇ ਦੇ ਪਰਿਵਾਰ, ਹਰ ਜੋ ਪਰਿਵਾਰ ਬੈਠਾ ਜਿੱਥੇ ਸੰਸਕਾਰ 'ਤੇ ਮੈਂ ਗਿਆ, ਇੱਕੋ ਹੀ ਆਵਾਜ਼ ਹੈ ਕਿ ਆਹ ਜਿਹੜੇ ਔਰਗਨਾਈਜ਼ਰਸ ਹੈ, ਇਹਨਾਂ ਦੀ, ਇਹਨਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ। ਆ ਇੱਕ ਸਾਰਿਆਂ ਦੀ ਇੱਕੋ ਇੱਕ ਆਵਾਜ਼ ਹੈ। ਕਿਉਂ ਹੈ? ਕਿਉਂਕਿ ਮੈਂ ਸਹੀ ਮੰਨਦਾ ਜਿਵੇਂ ਉਹਨਾਂ ਨੇ ਸਿਸਟਮ ਕੀਤਾ, ਗਿਲਟੀ ਹੈ, ਐਂਡ ਇਟ ਇਜ਼ ਇੰਟੈਂਸ਼ਨਲ ਮਰਡਰ, ਮੈਸਕਰ ਮੈਂ ਕਹਿ ਸਕਦਾ। ਅਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ FIR ਦੀ ਕਾਪੀ ਮੈਂ ਮੰਗਾਈ। FIR ਇੱਕ ASI ਤੋਂ, ਪੰਜਾਬ ਪੁਲਿਸ ਦੇ ASI ਤੋਂ FIR ਲਿਖਾਈ ਗਈ ਹੈ, ਜਿਸ FIR ਦੇ ਉੱਤੇ ਉਹਨਾਂ ਨੇ ਕਿਹਾ ਚਾਰ ਅਨਆਡੈਂਟੀਫਾਈਡ ਲੋਕਾਂ ਦੇ ਕਰਕੇ ਆ ਮੈਸੇਕਰ ਹੋਇਆ, ਚਾਰ ਅਨਆਡੈਂਟੀਫਾਈਡ। ਇਹਦੇ 'ਚ ਅਨਆਡੈਂਟੀਫਾਈਡ ਦੀ ਕੀ ਗੱਲ ਹੈ? ਜਿਹੜੇ ਔਰਗਨਾਈਜ਼ਰਸ ਹੈ, ਜਿਨ੍ਹਾਂ ਨੇ ਔਰਗਨਾਈਜ਼ ਕੀਤਾ, ਜਿਹੜੇ ਸਟੇਜ ਤੋਂ ਬੋਲ ਰਹੇ ਹੈ ਕਿ ਆ ਸਾਲੇ ਰੇਲਵੇ ਸਟੇਸ਼ਨ 'ਤੇ 5000 ਬੰਦਾ ਟਰੈਕ 'ਤੇ ਖੜ੍ਹਾ, ਅਤੇ ਭਾਵੇਂ 500 ਟ੍ਰੇਨ ਟੱਪ ਜੇ ਅਤੇ ਕੋਈ ਪਰਵਾਹ ਨਹੀਂ, ਕੀ ਆ ਉਹਨਾਂ ਨੂੰ ਕੁਛ ਕਰਨਾ ਨਹੀਂ? ਜਿਹੜਾ ਇਮੀਡੀਏਟਲੀ ਰਿਜੈਕਟ ਜਿਹੜਾ ਇਹਨਾਂ ਨੇ, ਮੁੱਖ ਮੰਤਰੀ ਜੀ ਨੇ ਜਿਹੜਾ ਇਨਕੁਆਇਰੀ ਮੈਜਿਸਟਰੇਟ ਇਨਕੁਆਇਰੀ ਆਰਡਰ ਕੀਤੀ ਹੈ, ਪਹਿਲੀ ਗੱਲ ਹੈ ਮੈਜਿਸਟਰੇਟ
ਇਨਕੁਆਇਰੀ ਮੈਜਿਸਟ੍ਰੇਟ ਆਫਿਸਰ ਆਫ ਪੰਜਾਬ ਗਵਰਨਮੈਂਟ ਇਨਕੁਆਇਰਿੰਗ ਆਫ ਅ ਸੇਮ ਲੈਵਲ ਜਿਹੜਾ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਇਜ਼ ਐਜ ਸੀਨੀਅਰ ਐਜ ਜਿਹੜਾ ਕਮਿਸ਼ਨਰ ਆਫ ਇਨਕੁਆਇਰੀ ਜਿਹੜਾ ਕਮਿਸ਼ਨਰ ਡਿਵੀਜ਼ਨ ਹੈ। ਅਤੇ ਤੁਸੀਂ ਫਸਟ ਇਸ ਸਾਈਨ ਜਿਹੜਾ ਮੈਨੂੰ ਦੁੱਖ ਹੈ ਕਿ ਸਰਕਾਰ ਦੀ ਸੀਰੀਅਸਨੈਸ ਜੱਜ ਇਸ ਗੱਲ ਦੀ ਹੋ ਰਹੀ ਹੈ। ਇੱਕ ਤਾਂ ਐਫ ਆਈ ਆਰ ਪੜ੍ਹ ਕੇ ਤੁਹਾਨੂੰ ਪਤਾ ਲੱਗ ਜਾਂਦਾ ਕਿੰਨੇ ਸੀਰੀਅਸ ਹੈ ਕਿ ਪਹਿਲੇ ਹੀ ਕਵਰ ਅਪ ਆਪਰੇਸ਼ਨ ਸ਼ੁਰੂ ਹੋ ਗਿਆ। ਦੂਜੀ ਗੱਲ ਕਮਿਸ਼ਨਰ ਇਨਕੁਆਇਰੀ ਲਾਉਣ ਦੀ ਕੀਤੀ ਹੈ ਗੱਲ, ਪਰਪਸ ਕੀ ਹੈ ਕਿ ਕਵਰ ਅਪ। ਇਸ ਕੇਸ ਵਿੱਚ ਅ ਸੀਨੀਅਰ ਮਿਨਿਸਟਰ ਇਜ਼ ਇਨਵੋਲਵਡ, ਉਹਦੀ ਫੈਮਿਲੀ ਇਨਵੋਲਵਡ ਹੈ, ਇੱਕ ਕਮੇਟੀ ਇਨਵੋਲਵਡ ਹੈ ਵਿਚ ਹੈਜ਼ ਵੈਰੀ ਸਟਰੋਂਗ ਪੋਲੀਟੀਕਲ ਲਿੰਕੇਜ ਐਂਡ ਯੂ ਆਰ ਟਰਾਇੰਗ ਟੂ ਕਵਰ ਇਟ ਅਪ। ਦਿਸ ਵਿਲ ਨੋਟ ਬੀ ਅਲਾਊਡ। ਜੇ ਪਬਲਿਕ ਸੈਂਟੀਮੈਂਟਸ ਦੀ ਗੱਲ ਕਰਾਂ, ਪਬਲਿਕ ਸੈਂਟੀਮੈਂਟਸ ਕਲੀਅਰ ਹੈ, ਜਿੰਨੇ ਵੀ ਲੋਕਾਂ ਨੂੰ ਮਿਲਿਆ, ਤੁਸੀਂ ਵੀ ਮਿਲੇ ਹੋ, ਤੁਸੀਂ ਵੀ ਕੱਲ੍ਹ ਮੈਂ ਟੀ ਵੀ 'ਤੇ ਵੀ ਦੇਖ ਰਿਹਾ ਸੀ, ਤੁਹਾਡੇ ਨਿਊਜ਼ ਵੀ ਦੇਖ ਪੜ੍ਹ ਰਿਹਾ ਸੀ, ਲੋਕਾਂ ਦੀ ਇੱਕੋ ਇੱਕ ਡਾਇਰੈਕਸ਼ਨ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਫੈਮਿਲੀ 'ਤੇ। ਅਤੇ ਜਿਹੜੀ ਤੁਸੀਂ ਸੀ ਸੀ ਟੀ ਵੀ ਕੈਮਰੇ ਦੀ ਮੈਨੂੰ ਹੁਣੀ ਆਈ ਹੈ ਵੀਡੀਓ, ਜਿਹੜਾ ਮਿਸਿਸ ਸਿੱਧੂ ਨੇ ਬਿਆਨ ਦਿੱਤਾ ਕਿ ਮੈਂ ਉੱਥੋਂ ਚਲੀ ਗਈ ਸੀ, ਤੁਹਾਨੂੰ ਆ ਸੀ ਸੀ ਟੀ ਵੀ ਫੁਟੇਜ ਤੁਹਾਨੂੰ ਹੁਣੀ ਭੇਜ ਦਿੰਦੇ ਹਾਂ। ਹਾਦਸਾ ਹੋਇਆ 4 ਮਿੰਟ ਬਾਅਦ ਉਹ ਉਤਰੀ, ਹਾਦਸੇ ਦੇ ਬਾਅਦ ਉਤਰ ਕੇ ਉਹ ਚਲੀ ਗਈ। ਐਂ ਨਹੀਂ ਕਿ ਉੱਥੇ ਰੋਕ ਕੇ ਲੋਕਾਂ ਦੀ ਉੱਥੇ ਅਰੇਂਜਮੈਂਟਸ ਕਰਨ। ਸੋ ਇਟ ਇਜ਼ ਅ ਵੈਰੀ ਸੈਡ ਇੰਸੀਡੈਂਟ। ਸੋ ਵੀ ਇਮੀਡੀਏਟਲੀ ਇੱਕ ਤਾਂ ਜੀ ਇਮੀਡੀਏਟਲੀ ਫਰੈਸ਼ ਐਫ ਆਈ ਆਰ ਸ਼ੁੱਡ ਬੀ ਰਜਿਸਟਰਡ ਬਾਈ ਨੇਮ ਅਗੇਂਸਟ ਆਰਗਨਾਈਜ਼ਰਸ ਔਨ ਦਾ ਸਟੇਟਮੈਂਟ ਆਫ ਦਾ ਵਿਕਟਿਮਸ। ਹੋ ਕੀ ਰਿਹਾ, ਵਿਕਟਿਮਸ ਦੀ ਕੋਈ ਸਟੇਟਮੈਂਟ ਨਹੀਂ ਲਈ ਜਾ ਰਹੀ, ਸਟੇਟਮੈਂਟ ਪੁਲਿਸ ਦੀ ਲਈ ਜਾ ਰਹੀ ਹੈ, ਸੋ ਦੈਟ ਵੀ ਕੈਨ ਮੈਨੀਪੁਲੇਟ, ਜੋ ਮਰਜ਼ੀ ਕਰਾ ਲਓ। ਦਾ ਵਿਕਟਿਮਸ, ਮੈਂ ਜਿੰਨੇ ਵੀ ਵਿਕਟਿਮਸ ਮਿਲੇ ਆ ਉਹਨਾਂ ਨੇ ਕਲੀਅਰ ਲਫਜ਼ਾਂ ਨਾਲ ਗੁਨਾਹਗਾਰਾਂ ਦਾ ਨਾਂ ਲਿੱਤਿਆ ਸਾਰਿਆਂ ਨੇ ਕਲੀਅਰ। ਤੁਸੀਂ ਵੀ ਜਾਣਦੇ ਹੋ, ਤੁਸੀਂ ਵੀ ਗਏ ਹੋ, ਤੁਸੀਂ ਵੀ ਦੇਖਿਆ, ਮੈਨੂੰ ਕਹਿਣ ਦੀ ਲੋੜ ਨਹੀਂ। ਸਾਰੇ ਵਿਕਟਿਮਸ ਜੋ ਕਹਿ ਰਹੇ ਹੈ ਉਹਨਾਂ ਦੀ ਜ਼ਬਾਨ 'ਤੇ, ਜਿਨ੍ਹਾਂ ਨੇ ਆਪਣੇ ਬੱਚੇ ਗਵਾਏ ਆ, ਜਿਨ੍ਹਾਂ ਨੇ ਆਪਣੇ ਪਰਿਵਾਰ ਖਤਮ ਹੋ ਗਏ, ਉਹਨਾਂ ਦੇ ਨਾਂ 'ਤੇ ਸਟੇਟਮੈਂਟ ਐਫ ਆਈ ਆਰ ਰਜਿਸਟਰ ਹੋਣੀ ਚਾਹੀਦੀ ਆਫ ਅ ਮੈਸਕਰ। ਜੋ ਦੋਸ਼ੀ ਉਹਦੇ 'ਚ ਲਿਖੇ ਜਾਣ ਉਹਨਾਂ ਨੂੰ ਸਟੇਟਮੈਂਟ 'ਤੇ, ਜਿਨ੍ਹਾਂ ਨੂੰ ਉਹ ਨਾਂ ਲੈਣ, ਦੋਜ਼ ਪੀਪਲ ਹੈਵ ਟੂ ਬੀ ਅਰੈਸਟਡ ਇਮੀਡੀਏਟਲੀ। ਨੋ, ਐ ਨਹੀਂ ਹੈ ਕਿ ਇਨਕੁਆਇਰੀ ਹੋਊਗੀ ਫਿਰ ਦੇਖਾਂਗੇ, ਇਹਦੇ 'ਚ ਇਨਕੁਆਇਰੀ ਦੀ ਗੱਲ ਹੀ ਨਹੀਂ ਹੈ। ਇੱਕ ਤੁਹਾਡੇ ਸਾਹਮਣੇ ਮਾਸ ਮਰਡਰ ਹੋਇਆ, ਔਰਗਨਾਈਜ਼, ਕਿਸੇ ਨੇ ਔਰਗਨਾਈਜ਼ ਕੀਤਾ ਮਾਸ ਮਰਡਰ ਹੋਇਆ। ਤੁਸੀਂ ਯਾਦ ਕਰੋ ਜਿਹੜਾ ਉੱਥੇ ਉਪਹਾਰ ਸਿਨੇਮੇ ਦਾ ਕੇਸ ਹੋਇਆ ਇਨ ਦਿੱਲੀ, ਜਿੱਥੇ ਮੈਨੂੰ ਲੱਗਦਾ 60-70 ਪਰਿਵਾਰ ਮਰ ਗਏ ਸੀ। ਟੀ ਉਹ ਸੁਪਰੀਮ ਕੋਰਟ ਨੇ ਉਹਨਾਂ ਨੂੰ ਅੰਦਰ ਕੀਤਾ, ਉਹਦੇ ਓਨਰਸ ਨੂੰ। ਇੱਥੇ ਤਾਂ ਸ਼ਰੇਆਮ ਔਰਗਨਾਈਜ਼ਰਸ ਓਪਨਲੀ ਬਲੇਟੈਂਟਲੀ ਕਹਿ ਰਹੇ ਆ ਸਾਰਾ ਕੁਛ। ਦੂਜੀ ਗੱਲ, ਐਂਡ ਮਿਸਿਸ ਸਿੱਧੂ ਸ਼ੁੱਡ ਬੀ, ਐਂਡ ਸਿੱਧੂ ਸਾਹਿਬ ਸ਼ੁੱਡ ਬੀ ਪਾਰਟ ਆਫ ਦ ਐਫ ਆਈ ਆਰ, ਬਿਕੋਜ਼ ਇਟ ਇਜ਼ ਉਹਨਾਂ ਦੇ ਆਪਣੇ ਡਿਪਾਰਟਮੈਂਟ ਉਹਨਾਂ ਦਾ। ਕੰਪਲੀਟ ਵਾਇਲੇਸ਼ਨ ਵਿਦਾਊਟ ਟੇਕਿੰਗ ਪਰਮਿਸ਼ਨ, ਵਿਦਾਊਟ ਇਨਫੋਰਮਿੰਗ ਪੁਲਿਸ, ਵਿਦਾਊਟ ਮੇਕਿੰਗ ਪ੍ਰਿਕੋਸ਼ਨਰੀ ਮੈਜਰਸ।
ਇਰਰਿਸਪੋਂਸੀਬਲੀ ਤੁਸੀਂ ਇਹ ਜੀ ਜਗ੍ਹਾ ਤੇ ਉਹ ਫੰਕਸ਼ਨ ਕਰਾਇਆ ਜਿੱਥੇ ਐਂਡ ਦ ਕਮਿਸ਼ਨਰ ਆਫ ਪੁਲਿਸ ਕਮਿਸ਼ਨਰ ਆਫ ਕਾਰਪੋਰੇਸ਼ਨ, ਉਹਨਾਂ ਨੇ ਆਪਣੀ ਸਟੇਟਮੈਂਟ ਹੈ ਜੋ ਕਮਿਸ਼ਨਰ ਕਾਰਪੋਰੇਸ਼ਨ ਵਾਲੀ ਗਰੀ ਵੀ ਡਾਕਟਰ ਨਵਜੋਤ ਕੌਰ ਸਿੱਧੂ ਪ੍ਰਸਾਈਡਡ ਓਵਰ ਦਿਸ ਫੰਕਸ਼ਨ ਵਿਦਆਊਟ ਨੋਇੰਗ ਇਟਸ ਅਥੈਂਟਿਸਿਟੀ। ਐਂਡ ਉਹਨਾਂ ਨੇ ਆਹ ਵੀ ਕਿਹਾ ਕਿ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਸੋਨਾਲੀ ਗਿਰੀ ਸੈਡ ਦ ਇਵੈਂਟ ਵਾਜ ਬੀਂਗ ਹੈਲਡ ਇਲੀਗਲੀ ਐਜ ਨੋ ਪਰਮਿਸ਼ਨ ਹੈਡ ਬੀਨ ਗ੍ਰਾਂਟਿਡ ਫੋਰ ਦ ਦਸਹਿਰਾ ਇਵੈਂਟ ਐਟ ਧੋਬੀ ਘਾਟ। ਇਟ ਇਜ਼ ਵੈਰੀ ਸਰਪ੍ਰਾਈਜ਼ਿੰਗ ਦੈਟ ਡਾਕਟਰ ਨਵਜੋਤ ਕੌਰ ਸਿੱਧੂ ਪ੍ਰਸਾਈਡਡ ਓਵਰ ਦ ਫੰਕਸ਼ਨ ਵਿਦਆਊਟ ਨੋਇੰਗ ਇਟਸ ਥਿੰਗ। ਵਟ ਆਈ ਐਮ ਟ੍ਰਾਈਂਗ ਟੂ ਸੇਜ਼, ਤੁਸੀਂ ਮਿਨਿਸਟਰ ਹੋ, ਤੁਹਾਡਾ ਹਲਕਾ ਹੈ, ਵਿਦਆਊਟ ਪਰਮਿਸ਼ਨ, ਵਿਦਆਊਟ ਪ੍ਰਿਕੋਸ਼ਨਰੀ ਮੈਜਰਸ, ਵਿਦਆਊਟ ਪੁਟਿੰਗ ਇਨ ਸਰਟਨ ਸਿਕਿਉਰਿਟੀ ਮੈਜਰਸ ਇਨ ਪਲੇਸ, ਤੁਸੀਂ ਆਹ ਹਾਦਸਾ ਦੇ ਦੈਨ ਹੂ ਇਜ਼ ਹਾਦਸਾ ਹੋ ਜਾਂਦਾ ਹੈ ਦੈਨ ਯੂ ਆਰ ਸੇਇੰਗ ਇਟ ਇਜ਼ ਯੂ ਆਰ ਨੋਟ ਫਾਲਟ। ਦ ਕਮਿਸ਼ਨਰ ਆਈ ਥਿੰਕ ਦੇ ਸ਼ੁੱਡ ਇਮੀਡੀਏਟਲੀ ਹੀ ਸ਼ੁੱਡ ਬੀ ਇਮੀਡੀਏਟ ਡਿਸਮਿਸ ਫਰੋਮ ਦ ਕੈਬਨਿਟ। ਸੈਕਿੰਡ ਥਰਡਲੀ ਵੀ ਫੀਲ ਹਰ ਜਿੰਨੇ ਵਿਚਾਰੇ ਲੋਕ ਪਰਿਵਾਰਾਂ ਨੇ ਜਿੰਨੇ ਜਿਨ੍ਹਾਂ ਦੀ ਡੈਥ ਹੋਈ ਹੈ, ਘੱਟ ਤੋਂ ਘੱਟ 1 ਕਰੋੜ ਰੁਪਇਆ ਪਰ ਜਿਹੜਾ ਜਿਨ੍ਹਾਂ ਦੀ ਸ਼ਹੀਦ ਹੋਏ 1 ਕਰੋੜ ਪਰ ਫੈਮ ਪਰ ਪਰਸਨ ਨੂੰ ਪੰਜਾਬ ਗਵਰਨਮੈਂਟ ਪਲੱਸ ਅ ਗਵਰਨਮੈਂਟ ਜੋਬ ਜੋ ਪੰਜਾਬ ਗਵਰਨਮੈਂਟ ਨੇ ਬਾਕੀ ਜਗ੍ਹਾ ਪੰਜਾਬ ਜੇ ਜੀ ਕੋਈ ਹੁੰਦੀ ਇੰਸੀਡੈਂਟ ਹੁੰਦੇ ਆ ਦੇ ਗਿਵ 1 ਕਰੋੜ, ਹੇਅਰ ਆਲਸੋ 1 ਕਰੋੜ ਪਲੱਸ ਜੋਬ ਸ਼ੁੱਡ ਬੀ ਗਿਵਨ। ਐਂਡ ਮਿਸਟਰ ਮਜੀਠੀਆ ਵਿਲ ਗਿਵ ਯੂ ਅ ਸੀਕੁਐਂਸ ਆਫ ਇਵੈਂਟਸ ਆਲਸੋ। ਸਭ ਤੋਂ ਪਹਿਲਾਂ ਤਾਂ ਆਈ ਥਿੰਕ ਯੂ ਮਸਟ ਹੈਵ ਗੋਟ ਦ ਕਾਪੀ ਆਫ ਦਿਸ ਦੁਸਹਿਰਾ ਕਮੇਟੀ। ਇਹਦੇ 'ਚ ਦੁਸਹਿਰਾ ਕਮੇਟੀ ਵਾਲੇ ਲਿਖ ਰਹੇ ਆ ਕਿ ਮੈਂ ਰਿਲੇਟਿਵ ਪੋਰਸ਼ਨ ਪਾ ਰਹਾ, ਇਸ ਮੌਕੇ 'ਤੇ ਹਾਜ਼ਰ ਦੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੋਣਾ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੋਣਾ ਹੈ। ਇਸ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇੱਥੇ ਮੁੱਖ ਮਹਿਮਾਨ ਦੇ ਤੌਰ 'ਤੇ ਕੈਬਨਿਟ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਮੈਡਮ ਨਵਜੋਤ ਕੌਰ ਸਿੱਧੂ ਆ ਰਹੇ ਹਨ। ਇਹ ਚਿੱਠੀ ਕੌਣ ਲਿਖ ਰਿਹਾ? ਬੇਨਤੀ ਹੈ ਕਿ ਮੈਂ ਮਦਨ ਮਿੱਠੂ ਪ੍ਰਧਾਨ ਦੁਸਹਿਰਾ ਕਮੇਟੀ, ਜਿਹੜਾ ਉਹਨਾਂ ਦਾ ਬੜਾ ਵੱਡਾ ਚੇਤਾ ਜਿਹਦੇ ਉਹ ਭਾਟੀਆ ਸਾਹਿਬ ਨੂੰ ਵੀ ਪਿੱਛੇ ਜਦੋਂ ਚਪੇੜਾਂ ਪਈਆਂ ਅਤੇ ਮਿੱਠੂ ਦੀ ਮਦਦ ਹੋਈ ਹੈ, ਭਾਟੀਆ ਸਾਹਿਬ ਦੀ ਬਜ਼ੁਰਗ ਬੰਦੇ ਦੀ ਨਹੀਂ ਸੁਣੀ ਗਈ। ਸੋ ਦਿਸ ਇਜ਼ ਦਾ ਕਾਇੰਡ ਆਫ ਪ੍ਰੋਕਸੀਮਿਟੀ। ਇਹ ਚਿੱਠੀ ਭੇਜੀ ਗਈ, ਕੋਈ ਪਰਮਿਸ਼ਨ ਨਹੀਂ, ਕਮਿਸ਼ਨਰ ਨੇ ਉਹਦੇ ਕਲੈਰੀਫਿਕੇਸ਼ਨ ਦੇ ਦਿੱਤੀ ਹੈ। ਹੁਣ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਐਡਾ ਰਿਸਪੋਂਸੀਬਲ ਬੰਦਾ ਫਿਰ ਇਸ ਤਰੀਕੇ ਦਾ ਝੂਠ ਬੋਲ ਰਿਹਾ ਜਿਹੜਾ ਚਾਹੀਦਾ ਨਹੀਂ ਸੀ। ਐਂਡ ਇਕੱਲਾ ਝੂਠ ਨਹੀਂ ਚਾਹੀਦਾ ਸੀ, ਮੈਂ ਸਮਝਦਾ ਉੱਥੇ ਖਲੋ ਕੇ ਮਦਦ ਕਰਦੇ ਜਦੋਂ ਹਾਦਸਾ ਤੁਹਾਡੀ ਅੱਖਾਂ ਸਾਹਮਣੇ ਵਾਪਰ ਗਿਆ। ਹਾਊ ਕੁੱਡ ਯੂ ਬੀ ਸੋ ਹਾਰਟਲੈਸ? ਤੁਹਾਡੇ ਇਨਸਾਨੀਅਤ ਦਾ 1 ਕਿਣਕਾ ਵੀ ਨਹੀਂ ਸੀ ਕਿ ਤੁਸੀਂ ਮੌਕੇ ਤੋਂ ਭੱਜ ਗਏ। ਇਹ ਕਹਿੰਦੇ ਮੈਂ ਸੀ ਨਹੀਂ। ਹੁਣ ਮੈਂ ਐਗਜੈਕਟਲੀ ਤੁਹਾਨੂੰ ਸੀਕੁਐਂਸ ਆਫ ਇਵੈਂਟ ਦੱਸ ਦਿੰਦਾ ਜੀ। ਦਿਸ ਇਜ਼ ਦਾ ਫਸਟ, ਇਹ ਮੈਡਮ ਸਿੱਧੂ ਆ ਰਹੇ ਐਂਡ ਸ਼ੀ ਇਜ਼ ਅਰਾਈਵਿੰਗ ਐਟ 6:38 PM। CCTV ਦਾ ਟਾਈਮ ਹੈ ਜੀ, ਇਟ ਇਜ਼ ਔਥੈਂਟੀਕੇਟਡ ਡਾਕੂਮੈਂਟ, ਤੁਹਾਨੂੰ ਸਾਰਾ ਕੁਝ ਭੇਜ ਦਿਆਂਗੇ। ਆ 6:38 ਸ਼ੀ ਇਜ਼ ਅਰਾਈਵਿੰਗ ਐਟ ਦਾ ਵੈਨਿਊ। ਆ ਨੈਕਸਟ ਹੈ ਜੀ, ਵੈਨ ਸ਼ੀ ਸਟਾਰਟਸ ਹਰ ਸਪੀਚ, ਜਦੋਂ ਬੋਲਣਾ ਸ਼ੁਰੂ ਕਰਦੇ ਆ
ਐਂਡ ਕਾਈਂਡਲੀ ਦੇਖਿਓ ਆ ਯੈਲੋ ਡਰੈਸ ਵੱਲ ਧਿਆਨ ਰੱਖਿਓ, ਬਿਕੋਜ਼ ਆ ਯੈਲੋ ਡਰੈਸ ਤੋਂ ਅੱਗੇ ਕਾਫੀ ਕੁਛ ਕਲੀਅਰ ਹੋਣਾ। 6:46 CCTV ਫੁਟੇਜ ਹੈ ਵਿੱਚ ਛੇ ਸੀ ਸਟਾਰਟਸ ਸਪੀਚ, ਇਹ ਸਾਰਾ CCTV ਦਾ ਜਿਹੜਾ ਉੱਤੇ ਟਾਈਮ ਆ ਰਿਹਾ ਇਹ ਉਹ ਦੱਸ ਰਿਹਾ ਜੀ। ਦੈਨ ਦ ਰਾਵਣ ਇਜ਼ ਲਿਟ ਐਟ 6:53 ਤੇ ਰਾਵਣ ਨੂੰ ਅੱਗ ਲਾਈ ਜਾਂਦੀ ਹੈ, ਅਤੇ ਜਿਹੜਾ ਬੀਬੀ ਜੀ ਕਹਿੰਦੇ ਹੈ ਕਿ ਮੇਰੇ ਜਾਣ ਤੋਂ 15 ਮਿੰਟ ਬਾਅਦ, ਆਈ ਥਿੰਕ ਕੱਲ੍ਹ ਦਾ ਅਸੀਂ ਚੈਨਲ ਸੁਣ ਰਹੇ, 15 ਮਿੰਟ ਬਾਅਦ ਦੀ ਕਹਾਣੀ ਪੇਸ਼ ਕਰ ਰਹੇ ਹੈ। ਟ੍ਰੇਨ ਐਗਜੈਕਟਲੀ 6:53 ਜਦੋਂ ਇਹ ਰਾਵਣ ਲਿਟ ਹੋ ਰਿਹਾ ਉਹਦੇ 30 ਸੈਕਿੰਡ ਬਾਅਦ ਤੁਸੀਂ ਵੇਖਦੇ ਹੋ, ਤੁਹਾਨੂੰ ਵੀਡੀਓ ਵਿਖਾਵਾਂਗੇ, ਟ੍ਰੇਨ ਆ ਜਾਂਦੀ ਹੈ। ਅਤੇ ਤੁਹਾਨੂੰ ਮੈਂ ਹੁਣ ਆ ਦਿਖਾਉਣ ਲੱਗਿਆ ਕਿ ਐਗਜੈਕਟਲੀ 6:57 'ਤੇ ਬੀਬੀ ਉੱਥੋਂ ਭੱਜ ਰਹੀ ਹੈ। ਇਹ ਨਹੀਂ ਕਿ ਜਾ ਕੇ ਲੋਕਾਂ ਦਾ ਪਤਾ ਲਵੇ, ਸਟੇਜ ਤੋਂ ਉੱਤਰ ਕੇ ਭੱਜਦੀ ਹੋਈ ਅਤੇ ਕਹਿ ਰਹੀ ਸੀ ਮੈਂ ਉੱਥੇ ਹਾਜ਼ਰ ਨਹੀਂ, ਮੇਰੀ ਗੈਰ ਹਾਜ਼ਰੀ 'ਚ ਹੋਇਆ। ਜਦੋਂ ਟ੍ਰੇਨ ਹੀ 6:53:36 'ਤੇ ਆ ਗਈ ਸੀ, ਤੁਸੀਂ 6:57 ਤੋਂ ਉੱਥੇ ਜਾ ਰਹੇ ਹੋ, ਤੁਸੀਂ 3-4 ਮਿੰਟ ਹਾਜ਼ਰ ਰਹੇ, ਤੁਸੀਂ ਫਿਰ ਵੀ ਉੱਥੋਂ ਭੱਜਣਾ ਮੁਨਾਸਿਬ ਸਮਝਿਆ, ਲੋਕਾਂ ਨੂੰ ਪਿੱਠ ਵਿਖਾ ਕੇ ਭੱਜਣਾ ਮੁਨਾਸਿਬ ਸਮਝਿਆ, ਲੋਕਾਂ ਦੀ ਉੱਥੇ ਮਦਦ ਕਰਨਾ ਤੁਸੀਂ ਠੀਕ ਨਾ ਸਮਝਿਆ, ਇਸ ਗੱਲ ਦਾ ਰੋਸ ਉੱਥੇ ਪੈਦਾ ਹੋ ਰਿਹਾ। ਅਤੇ ਜਿਵੇਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਕਿਹਾ ਕਿ ਵੱਡਾ ਕਵਰ ਅਪ ਓਪਰੇਸ਼ਨ, ਇਹ ਜਿੰਨਾ ਪ੍ਰੂਫ ਹੈ ਇਹ ਉੱਥੋਂ ਦੇ ਲੋਕਾਂ ਨੇ ਪ੍ਰੋਵਾਈਡ ਕੀਤਾ, ਕਿਉਂਕਿ ਉਹ ਮਹਿਸੂਸ ਕਰ ਰਿਹਾ ਕਿ ਕਵਰ ਅਪ ਓਪਰੇਸ਼ਨ ਲਾਂਚ ਕਰਤਾ ਗਿਆ। ਅਤੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਮੈਂ ਇੱਕ ਦੋ ਹੋਰ ਲੀਡਰ ਸਾਹਿਬਾਨਾਂ ਦੇ ਬਿਆਨ ਸੁਣੇ ਕਿ ਇਹ ਮੌਕਾ ਨਹੀਂ ਸੀ, ਇਸ ਮੌਕੇ 'ਤੇ ਇਹ ਜਿਹਾ ਇਨਸਾਨੀਅਤ ਦਾ ਘਾਣ ਹੋਇਆ ਹੋਵੇ ਅਤੇ ਤੁਸੀਂ ਕਿਸੇ ਦੀ ਤਰਫਦਾਰੀ ਕਰੋ, ਮਗਰ ਜੋ ਸੱਚਾਈ ਹੈ ਉਹਨੂੰ ਕੋਈ ਲੁਕੋ ਨਹੀਂ ਸਕਦਾ। ਲੋਕਾਂ ਦੇ ਦਰਦ ਨੂੰ ਸਮਝਦੇ ਉਹਨਾਂ ਲੀਡਰਾਂ ਨੂੰ ਆਪਣੀ ਗੱਲ ਕਰਨੀ ਚਾਹੀਦੀ ਸੀ, ਮਗਰ ਕੀਤੀ ਨਹੀਂ। ਮੈਂ ਤੁਹਾਨੂੰ ਇਹ ਵੀਡੀਓ ਭੇਜ ਵੀ ਦਊਂਗਾ ਜੀ, ਤੁਸੀਂ ਵੇਖੋਗੇ 6:57 ਆ ਚਲਾ ਦੇ, ਬੜਾ ਧਿਆਨ ਨਾਲ ਵੇਖ ਲਓ, 6:57 ਆਊਗਾ ਟਾਈਮ ਉੱਤੇ ਜਦੋਂ ਬੀਬੀ ਸਟੇਜ ਤੋਂ ਉਤਰੂਗੀ। ਆਹ ਹਫੜਾ ਦਫੜੀ ਮਚੀ, ਉੱਥੇ ਅੱਗ ਲੱਗੀ ਹੋਈ ਹੈ, ਬੀਬੀ ਇੱਥੇ ਉਤਰੂਗੀ ਜੀ ਹੁਣ, ਆਫਟਰ ਦ ਇੰਸੀਡੈਂਟ 6:57 ਉੱਤੇ ਆ ਗਿਆ। ਆਈ ਵਿਲ ਸੈਂਡ ਦ ਇੰਟਾਇਰ, ਤੁਹਾਨੂੰ ਸਭ ਨੂੰ ਭੇਜ ਦਾਂਗੇ ਜੀ। ਆ ਇੱਥੇ ਬੀਬੀ ਹੁਣ ਉਤਰਨੀ ਸ਼ੁਰੂ ਹੋ ਰਹੀ ਹੈ ਜੀ, 6:57 ਫੁਟੇਜ, ਤੇ ਮੈਨੂੰ ਨੀ ਸਮਝ ਆ ਰਹੀ ਇੱਕ ਲੋਕਾਂ ਦੀ ਸੇਵਾਦਾਰ ਹੋਣ ਦੇ ਨਾਤੇ, ਡਾਕਟਰ ਹੋਣ ਦੇ ਨਾਤੇ ਕੀ ਉਹਨਾਂ ਨੇ ਇਨਸਾਨੀਅਤ ਵਿਖਾਈ ਹੈ, ਕਿਸੇ ਨੂੰ ਨੀ ਸਮਝ ਆ ਰਹੀ। ਜਿਹੜੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਜਿਹੜੀ ਅੱਜ ਅਸੀਂ ਗੱਲ ਕੀਤੀ ਹੈ ਆਫ ਨਵਜੋਤ ਸਿੰਘ ਸਿੱਧੂ, ਆ ਸਾਰਾ ਕੋਈ ਪੋਲੀਟੀਕਲ ਕਰਕੇ ਨਹੀਂ, ਆ ਜਿਹੜੇ ਸੈਂਟੀਮੈਂਟਸ ਜਿਹੜੇ ਅਸੀਂ ਇਹ ਲੋਕਾਂ ਨੂੰ ਫੈਮਿਲੀਜ਼ ਨੂੰ ਮਿਲੇ ਹਾਂ, ਜਿਹੜੇ ਕੈਮਰੇ ਟੀਮਸ ਜਿਹੜੇ ਸਾਡੇ ਨਾਲ ਸੀਗੀਆਂ ਜਿਨ੍ਹਾਂ ਉਸ ਟਾਈਮ 'ਤੇ, ਉਹਨਾਂ ਨੇ ਰਿਕਾਰਡ ਵੀ ਕੀਤੀਆਂ ਹੋਣੀਆਂ, ਆ ਸਾਰੇ ਸੈਂਟੀਮੈਂਟਸ ਉਹ ਪਰਿਵਾਰਾਂ ਦੇ ਸੀ। ਆ ਕੋਈ ਅਸੀਂ ਮੈਂ ਇਹ ਨਾ ਸਮਝਿਓ ਕਿ ਪੋਲੀਟਿਕਸ, ਇਸ ਮੌਕੇ 'ਤੇ ਮੈਂ ਸ਼ੁਰੂ ਤੋਂ ਕਿਹਾ ਕਿ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਪੋਲੀਟਿਕਸ,
ਪਰ ਐਜ਼ ਅ ਜ਼ਿੰਮੇਵਾਰ ਸਿਟੀਜ਼ਨ, ਐਜ਼ ਅ ਜ਼ਿੰਮੇਵਾਰ ਪਾਰਟੀ, ਐਜ਼ ਅ ਜ਼ਿੰਮੇਵਾਰ ਇਸ ਸ਼ਹਿਰ ਦੇ ਲੋਕਾਂ ਦੀ ਜਿਹੜੀ ਆਵਾਜ਼ ਹੈ ਕਿ ਹੂਜ਼ ਗਿਲਟੀ, ਕੌਣ ਰਿਸਪੋਂਸੀਬਲ ਹੈ, ਗਿਲਟੀ ਕੌਣ ਹੈ, ਜਿਹੜੇ ਪਰਿਵਾਰਾਂ ਨੇ ਆਪਣੇ ਪਰਿਵਾਰ ਗਵਾ ਦਿੱਤੇ ਹੈ, ਉਹਨਾਂ ਦੀ ਆਵਾਜ਼ ਅਸੀਂ, ਉਹਨਾਂ ਦੀ ਫੀਲਿੰਗਸ ਤੁਹਾਡੇ ਸਾਹਮਣੇ ਅਸੀਂ ਰੱਖੀਆਂ। ਆਹ ਫੀਲਿੰਗਸ ਤੁਹਾਡੇ ਕੋਲ ਵੀ ਡਾਇਰੈਕਟ ਵੀ ਆਈਆਂ ਹੋਣੀਆਂ, ਆਪਣਾ ਤੁਸੀਂ ਰਿਕਾਰਡਿੰਗ ਕੀਤੀ ਹੈ ਅਤੇ ਮੈਂ ਟੀ ਵੀ 'ਤੇ ਵੀ ਉਹ ਫੀਲਿੰਗਸ ਦੇਖੀਆਂ। ਪਰ ਮੈਨੂੰ ਦੁੱਖ ਇਸ ਕਰਦਾ ਕਿ ਪ੍ਰੈਜ਼ੈਂਟ ਗਵਰਨਮੈਂਟ ਐਡੇ ਵੱਡੇ ਹਾਦਸੇ ਨੂੰ ਇੱਕ ਮਾਈਨਰ ਇਵੈਂਟ ਸਮਝ ਕੇ, ਇਹਨੂੰ ਨੈਚੁਰਲ ਡਿਜ਼ਾਸਟਰ ਦਾ ਨਾਂ ਦੇ ਕੇ, ਰਾਦਰ ਦੈਨ ਸੈਟਿੰਗ ਐਨ ਐਗਜ਼ਾਮਪਲ, ਐਜ ਈ ਇੰਸੀਡੈਂਟ 'ਤੇ ਇਗਜ਼ਾਮਪਲ ਸੈੱਟ ਕਰਨਾ ਚਾਹੀਦਾ ਸਰਕਾਰ ਨੂੰ, ਇੱਕ ਸਟਰੋਂਗ ਐਕਸ਼ਨ ਦੇ ਕੇ, ਜੋ ਐਫ ਆਈ ਆਰ ਰਜਿਸਟਰ ਕਰਕੇ ਇਮੀਡੀਏਟਲੀ ਅਰੈਸਟ ਕਰਕੇ। ਜਿਹੜੀ ਮੈਂ ਇੰਟਰਵਿਊ ਸੁਣ ਰਿਹਾ ਸੀ ਮੁੱਖ ਮੰਤਰੀ ਜੀ ਦੀ, ਉਹ ਕਹਿੰਦਾ ਜੀ 4 ਹਫ਼ਤਿਆਂ ਬਾਅਦ ਅਸੀਂ ਦੱਸਾਂਗੇ ਕਿ ਹੋਇਆ ਕੀ ਹੈ। ਸੋ 4 ਹਫ਼ਤੇ ਜਿੱਥੇ ਜਿਹੜੇ ਪਰਿਵਾਰ ਦੇ ਪਰਿਵਾਰ ਗੁੰਮ ਗਏ, ਖਤਮ ਹੋ ਗਏ, ਸਭ ਤੋਂ ਪਹਿਲੇ ਜੇ ਕੋਈ ਮਰਡਰ ਹੋ ਜਾਂਦਾ, ਕੁਛ ਹੁੰਦਾ, ਆਪਾਂ ਪਰਿਵਾਰ ਦੀ ਜਿਹੜੇ ਵਿਕਟਿਮਸ ਆ ਉਹਦੀ ਸਟੇਟਮੈਂਟ ਲੈਂਦੇ ਹੁੰਦੇ ਹਾਂ। ਇੱਥੇ ਪਹਿਲੀ ਗੱਲ ਹੈ ਕਿ ਪਹਿਲੇ ਕੇਸ ਹੋਇਆ ਹੋਣਾ ਐਫ ਆਈ ਆਰ ਦਾ, ਜਿੱਥੇ ਵਿਕਟਿਮ ਦੀ ਸਟੇਟਮੈਂਟ 'ਤੇ ਐਫ ਆਈ ਆਰ ਰਜਿਸਟਰ ਹੀ ਨਹੀਂ ਹੋ ਰਹੀ। ਮੈਨੂੰ ਕਈ ਪਰਿਵਾਰ ਮਿਲੇ, ਉਹ ਕਹਿੰਦੇ ਜੀ ਅਸੀਂ ਐਫ ਆਈ ਆਰ ਰਜਿਸਟਰ ਕਰਾਉਣਾ ਚਾਹੁੰਦੇ ਹਾਂ, ਸਾਡੀ ਕਹਿਣ 'ਤੇ ਗੱਲ 'ਤੇ ਕੋਈ ਐਫ ਆਈ ਆਰ ਹੀ ਰਜਿਸਟਰ ਕਰ ਰਿਹਾ। ਸੋ ਇਟ ਇਜ਼ ਸਟਰੋਂਗਲੀ ਕੰਡੈਮੇਬਲ ਗੱਲ। ਵੀ ਆਰ ਆਸਕਿੰਗ ਪਹਿਲੀ ਗੱਲ ਇਨਕੁਆਰੀ, ਪਹਿਲੀ ਗੱਲ ਅਸੀਂ ਮੈਂ ਸਪਸ਼ਟ ਕੀਤਾ, ਜੋ ਫੈਮਲੀਜ਼ ਨੂੰ ਅਸੀਂ ਮਿਲ ਕੇ ਆਏ ਹਾਂ, ਜੋ ਫੈਮਲੀਜ਼ ਦੀ ਵਿਕਟਿਮਸ ਦੀ ਜੋ ਆਵਾਜ਼ ਹੈ ਕਿ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਕੀਤਾ ਜਾਏ ਉਹਨਾਂ ਦੀ ਸਟੇਟਮੈਂਟ 'ਤੇ, ਉਹਨਾਂ ਨੂੰ ਜਿਹੜੇ ਗੁਨਾਹਗਾਰ ਲੱਗਦੇ ਹੈ, ਜਦੋਂ ਘਰੇ ਚੋਰੀ ਹੋ ਜਾਂਦੀ ਹੈ, ਮਰਡਰ ਹੋ ਜਾਂਦਾ, ਜਿਹੜੇ ਵਿਕਟਿਮ ਜਿਹਦੇ ਘਰ ਦੇ ਉਹ ਸਟੇਟਮੈਂਟ ਦਿੰਦਾ ਮੈਨੂੰ ਇਹਨੇ ਕੀਤਾ ਇਹਨੂੰ, ਪੁਲਿਸ ਦੇ ਕਹਿਣ 'ਤੇ, ASI ਦੇ ਕਹਿਣ 'ਤੇ। ਦੂਜੀ ਗੱਲ, ਜੇ ਇਨਕੁਆਇਰੀ ਹੋਣੀ ਚਾਹੀਦੀ ਹੈ ਆਊਟ ਆਫ ਪੰਜਾਬ ਇੰਡੀਪੈਂਡੈਂਟ ਏਜੰਸੀ ਔਰ ਅੰਡਰ ਦਾ ਕੰਪਲੀਟ ਡਾਇਰੈਕਸ਼ਨ ਆਫ ਦਾ ਹਾਈ ਕੋਰਟ। ਠੀਕ ਹੈ, ਇਮੀਡੀਏਟ ਮੈਂ ਉਹੀ ਗੱਲ ਕੀਤੀ ਹੈ ਕਿ ਇਮੀਡੀਏਟ ਐਫ ਆਈ ਆਰ ਰਜਿਸਟਰ ਕਰਕੇ ਅਰੈਸਟ ਕੀਤਾ ਜਾਏ, ਜਿਹੜਾ ਮੈਂ ਪੁਲਿਸ ਕਵਰ ਅਪ ਕਰ ਰਹੀ ਹੈ ਨਾ, ਮੈਂ ਉਹੀ ਕਹਿ ਰਿਹਾ ਕਿ ਆ ਕਲੀਅਰ ਕੱਟ ਕਵਰ ਅਪ ਆਪਰੇਸ਼ਨ ਪੰਜਾਬ ਸਰਕਾਰ ਦਾ ਹੋ ਰਿਹਾ ਕਵਰ ਅਪ, ਕਿਉਂਕਿ ਇੱਥੇ ਕੈਬਨਿਟ ਮਿਨਿਸਟਰ ਇਨਵੋਲਵਡ ਹੈ, ਕੈਬਨਿਟ ਮਿਨਿਸਟਰ ਦੀ ਫੈਮਲੀ ਇਨਵੋਲਵਡ ਹੈ, ਇੱਥੇ ਸੀਨੀਅਰ ਕਾਂਗਰਸ ਦੇ ਲੀਡਰ ਜਿਨ੍ਹਾਂ ਨੇ ਆਰਗਨਾਈਜ਼ ਕੀਤੀ ਸੀ ਇਹ ਸ਼ਹਿਰ ਦੇ ਮੋਤਬਰ, ਉਹ ਇਨਵੋਲਵਡ ਹੈ। ਤੋ ਇਸ ਕਰਕੇ ਉਹਨਾਂ ਨੂੰ ਕੋਈ ਜਿਹੜੇ ਜਾਨਾਂ ਗਈਆਂ ਉਹਨਾਂ ਦੀ ਪਰਿਵਾਰ ਨਹੀਂ, ਕਵਰ ਅਪ ਦੀ ਜ਼ਿਆਦਾ ਪਰਿਵਾਰ। ਉਦੋਂ ਮੈਂ ਕਹਿ ਨਹੀਂ ਸਕਦਾ ਕਿਉਂਕਿ ਮੈਂ ਉੱਥੇ ਨਾ ਕਿਤੇ ਫੰਕਸ਼ਨ 'ਤੇ ਆਇਆ, ਨਾ ਮੈਨੂੰ, ਮੈਂ ਅੱਜ ਪਹਿਲੀ ਵਾਰ ਗਿਆ ਐਂਡ ਪਹਿਲੀ ਵਾਰ ਗਿਆ ਅਤੇ ਮੈਨੂੰ ਪਹਿਲੀ ਵਾਰ ਦੇਖੇ ਕੋਈ, ਮੈਂ ਵੀ ਨਾ, ਮੈਂ ਤੁਸੀਂ ਵੀ ਜਾ ਕੇ ਦੇਖੋ, ਮੈਂ ਜਿਹੜੀ ਮੈਂ ਨੋਟਿਸ ਕੀਤੀ ਚਾਰੋਂ ਤਰਫ ਤੁਸੀਂ ਇੱਕ ਬੰਦੇ ਨੂੰ ਬੰਦ, ਜਿਵੇਂ ਆਹ ਕੋਠੀ ਹੈ ਘਰ, ਚਾਰੋਂ ਤਰਫ ਬੰਦ ਹੈ, ਇੱਥੇ ਦੁਸ਼ਹਿਰਾ ਹੋਏ ਅਤੇ ਬੰਦਾ ਕੋਈ ਹਾਦਸਾ ਹੋਏ ਭੱਜ ਵੀ ਨਹੀਂ ਸਕਦਾ, ਕੰਧ ਵੀ ਨਹੀਂ ਟੱਪ ਸਕਦਾ, ਹਾਲਾਤ ਆਈ ਹੈ, ਬਾਰਡ ਫੈਂਸਿਸ ਲੱਗੀਆਂ ਚਾਰੋਂ ਤਰਫ ਐਂਡ ਦੂਜੇ ਪਾਸੇ ਜਿਹੜੀ ਉੱਥੇ ਰੇਲਵੇ ਲਾਈਨ 'ਤੇ ਔਨ ਦਾ ਸਟੇਜ ਬੜੇ ਮਾਣ ਨਾਲ ਔਰਗਨਾਈਜ਼ ਕਰ ਰਿਹਾ, ਦੇਖੋ 5,000 ਬੰਦਾ ਖੜਾ ਜਿਹੜਾ ਹੈਗਾ, ਅਤੇ ਭਾਵੇਂ 500 ਟ੍ਰੇਨਾਂ ਟੱਪ ਜਾਣ, ਇਹਨਾਂ ਦੇ ਉੱਤੋਂ ਦੀ ਕੋਈ ਪਰਵਾਹ ਨਹੀਂ ਹੈ।
ਕ੍ਰਿਮੀਨਲ ਨੈਗਲੀਜੈਂਸ ਨਹੀਂ ਹੈ ਤੇ ਇਹ ਤੋਂ ਬਾਅਦ ਕੋਈ ਪ੍ਰੂਫ ਦੀ ਲੋੜ ਨਹੀਂ ਆ ਕੋ ਮੈਂ ਨਹੀਂ ਜੇ ਤੁਸੀਂ ਵੀ ਜਾਓਗੇ ਤੁਸੀਂ ਵੀ ਪੁੱਛੋਗੇ ਤੁਹਾਨੂੰ ਵੀ ਇੱਕੋ ਹੀ ਜਵਾਬ ਮਿਲੂਗਾ ਆਈ ਥਿੰਕ ਇਟ ਹੈਜ਼ ਟੂ ਬੀ ਦ ਪ੍ਰੈਜ਼ੈਂਟ ਗਵਰਨਮੈਂਟ ਐਂਡ ਦ ਪੀਪਲ ਇਹ ਤਾਂ ਗਵਰਨਮੈਂਟ ਸ਼ੁਡ ਹੈਵ ਇਨਫੋਰਮ ਦ ਰੇਲਵੇਜ਼ ਕਿ ਇਸ ਟਾਈਮ ਤੋਂ ਇਸ ਟਾਈਮ ਤੁਸੀਂ ਬੰਦ ਕਰੋ ਇੱਥੇ ਜਿਹੜਾ ਹੈਗਾ ਦੂਜੀ ਗੱਲ ਦੇਰ ਇਜ਼ ਨੋ ਪਰਮਿਸ਼ਨ ਯੂ ਆਰ ਅ ਮਿਨਿਸਟਰ ਤੁਸੀਂ ਔਰਗਨਾਈਜ਼ ਬੇਸਿਕਲੀ ਔਰਗਨਾਈਜ਼ ਤਾਂ ਨਵਜੋਤ ਸਿੰਘ ਸਿੱਧੂ ਨੇ ਕੀਤਾ ਫੰਕਸ਼ਨ ਉਹਦਾ ਹਲਕਾ ਉਹਨੇ ਔਰਗਨਾਈਜ਼ ਕੀਤਾ ਉਹਦੀ ਪੇਟਰੋਨੇਜ ਥੱਲੇ ਹੋਇਆ ਸਾਰੇ ਔਰਗਨਾਈਜ਼ ਤਾਂ ਹੀ ਕੇਮਨ ਉੱਥੇ ਜਾ ਕੇ ਉਹਨਾਂ ਨੇ ਐਡਰੈਸ ਕੀਤਾ ਤੋ ਐਂਡ ਲੋਕੇਸ਼ਨ ਉਹਨਾਂ ਨੇ ਚੂਜ਼ ਕੀਤੀ ਹੈ ਉੱਥੇ ਸਟੇਜ 'ਤੇ ਤੁਸੀਂ ਕਹਿ ਰਹੇ ਹੋ 5000 ਬੰਦਾ ਸਾਡੇ ਰੇਲਵੇ ਟਰੈਕ 'ਤੇ ਬੈਠਾ 500 ਟ੍ਰੇਨਾਂ ਟੱਪ ਜਾਣ ਕੋਈ ਪਰਵਾਹ ਨਹੀਂ ਇਹ ਤੋਂ ਵੱਧ ਪ੍ਰੂਫ ਕੀ ਚਾਹੀਦਾ ਸੀਸੀ ਆਪਣੇ LCD ਸਾਰੇ ਲਾ ਰਹੇ ਹੋ ਤੁਸੀਂ ਸਾਰੀਆਂ ਸਕਰੀਨਸ ਰੇਲਵੇ ਸਟੇਸ਼ਨ ਨੂੰ ਫੇਸ ਰੇਲਵੇ ਟਰੈਕ ਨੂੰ ਫੇਸ ਕਰਾ ਰਹੀਆਂ ਇਹ ਤੋਂ ਵੱਧ ਕੀ ਆਪਾਂ ਨੂੰ ਪ੍ਰੂਫ ਚਾਹੀਦਾ ਮੈਂ ਪਹਿਲੇ ਆਈ ਅਪੀਲ ਕਰਦਾ ਕਿ ਮੁੱਖ ਮੰਤਰੀ ਜੀ ਨੂੰ ਆਪਣੇ ਉਹ ਮੁੱਖ ਮੰਤਰੀ ਬਣਾਏ ਜਨਤਾ ਨੇ ਇਹ ਜੇ ਹਾਦਸੇ ਨੂੰ ਕਵਰ ਅਪ ਨਾ ਕਰਨ ਪੰਜਾਬ ਦੀ ਜਨਤਾ ਮਾਫ਼ ਨਹੀਂ ਕਰੂਗੀ ਅਸੀਂ ਮੇਰੀ ਗੱਲ ਸੁਣਾ ਅਸੀਂ ਤਾਂ ਕਿਹਾ ਕਿ ਕਮਿਸ਼ਨ ਨੂੰ ਤਾਂ ਆ ਰਿਜੈਕਟ ਹੈ ਕਿਉਂਕਿ ਆਫਿਸਰ ਪੰਜਾਬ ਗਵਰਨਮੈਂਟ ਦਾ ਆਫਿਸਰ ਹੈ ਜੇ ਤੁਸੀਂ ਹੈਰਾਨ ਲੈ ਜਾਓ 70-80 ਲੋਕ ਮਾਰੇ ਗਏ ਹੈ 50-60 ਇੰਜਰਡ ਹੋਏ ਆ ਕਈ ਲੋਕ ਲਾਪਤਾ ਹੈ FIR ਨਹੀਂ ਰਜਿਸਟਰ ਹੋ ਰਹੀ ਅਤੇ ਇਹ ਤੋਂ ਵੱਧ ਇੰਟੈਂਸ਼ਨ ਸਰਕਾਰ ਦੀ ਕੀ ਕਹਿ ਸਕਦੇ ਹਾਂ ਅਨਨੋਨ ਬੰਦੇ 'ਤੇ FIR ਹੋ ਰਹੀ ਹੈ ਬਾਏ ਅ ਪੁਲਿਸ ਵਿਕਟਿਮਸ ਤੋਂ ਪੁੱਛ ਕੇ FIR ਨਹੀਂ ਕੀਤੀ ਜਾ ਰਹੀ ਇਹ ਤੋਂ ਵੱਧ ਮਾੜੀ ਗੱਲ ਕੀ ਹੋ ਸਕਦੀ ਹੈ ਬਾਏ ਨੇਮ ਐਂਡ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੁਸੀਂ ਜੇ ਵਿਕਟਿਮਸ ਕੋਲੇ ਚਲੇ ਜਾ ਪਰਿਵਾਰਾਂ ਨੂੰ ਉਹਨਾਂ ਨੇ ਬਾਏ ਨੇਮ ਦੱਸ ਦੇਣਾ ਕਿਹਨੇ ਰਿਸਪੋਂਸੀਬਲ ਹੈ ਸਰ ਮੈਂ ਆਈ ਕੈਨ ਆਨਸਰ ਮੈਂ ਆਈ ਥਿੰਕ ਇਫ ਯੂ ਨੀਡ ਅ ਫਰਦਰ ਕਲੈਰੀਫਿਕੇਸ਼ਨ ਬੜਾ ਕਲੀਅਰ ਹੈ ਜੀ ਕਿ ਅੱਜ ਸੰਸਕਾਰ ਹੋਣੇ ਸੀ ਜਿਵੇਂ ਬਾਰ ਬਾਰ ਸੁਖਬੀਰ ਜੀ ਕਹਿ ਰਹੇ ਕਿ ਮੈਟਰ ਨੂੰ ਪੋਲੀਟੀਸਾਈਜ਼ ਨਹੀਂ ਕਰਨਾ ਚਾਹ ਰਹੇ ਮਗਰ ਜੋ ਫੈਕਟਸ ਹੈ ਜੋ ਵੀਡੀਓ ਰਿਕਾਰਡਿੰਗਸ ਹੈ ਉਸ ਨੂੰ ਕੋਈ ਲੁਕੋ ਨਹੀਂ ਸਕਦਾ ਮਗਰ ਜੇ ਸਰਕਾਰ ਨਹੀਂ ਕਰੂਗੀ ਅਸੀਂ ਕੋਰਟਸ ਨੂੰ ਵੀ ਅਪਰੋਚ ਕਰਾਂਗੇ ਹਾਈ ਕੋਰਟ ਵੀ ਜਾਵਾਂਗੇ ਧਰਨਾ ਵੀ ਦੇਵਾਂਗੇ ਹਰ ਕਦਮ ਚੁੱਕਾਂਗੇ ਪਰਿਵਾਰਾਂ ਦੀ ਜੋ ਉਹਨਾਂ ਦੀ ਜੋ ਮੰਗ ਹੋਊਗੀ ਉਹਨੂੰ ਧਿਆਨ 'ਚ ਰੱਖਦੇ ਹਾਂ ਅੱਜ ਵੀ ਜੋ ਬੋਲਿਆ ਜੋ ਸੰਸਕਾਰ 'ਤੇ ਲੋਕਾਂ ਨੇ ਬੋਲਿਆ ਜੋ ਸਾਨੂੰ ਸਾਈਟ 'ਤੇ ਲੋਕਾਂ ਨੇ ਬੋਲਿਆ ਜੋ ਲੋਕਾਂ ਦੀ ਭਾਵਨਾ ਹੋਊਗੀ ਉਹਨੂੰ ਮੁੱਕ ਰੱਖਦੇ ਹਾਂ ਅਗਲਾ ਸਟੈਪ ਲਵਾਂਗੇ ਤੁਹਾਨੂੰ ਇਨਫੋਰਮ ਵੀ ਕਰੋ ਨਾਲੇ ਵੱਡੀ ਗੱਲ ਹੈ ਜੋ ਮੈਂ ਕਿਹਾ ਤੁਸੀਂ ਆਪਣੇ ਚੈਨਲਸ ਰਾਹੀਂ ਆਪਣੇ ਅਖਬਾਰਾਂ ਰਾਹੀਂ ਤੁਸੀਂ ਆਪ ਵੀ ਕਹਿ ਚੁੱਕੇ ਹੋ ਜੋ ਭਾਵਨਾ ਲੋਕਾਂ ਦੀ ਹੈ ਚੈਨਲ ਰਾਹੀਂ ਅਖਬਾਰਾਂ ਰਾਹੀਂ ਤੁਸੀਂ ਕਹਿ ਵੀ ਚੁੱਕੇ ਹੋ ਮੈਂ ਸਭ ਤੋਂ ਪਹਿਲੇ ਤਾਂ ਮੁੱਖ ਮੰਤਰੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਹ ਮੁੱਖ ਮੰਤਰੀ ਸਟੇਟ ਦੇ ਹੈ ਹੀ ਹੈਜ਼ ਟੂ ਬੀ ਅਬਵ ਐਵਰੀਥਿੰਗ ਇੱਥੇ ਇੰਨੇ ਐਡਾ ਵੱਡਾ ਹਾਦਸਾ ਹੋਇਆ ਐਂਡ ਆਪਣੇ ਮਿਨਿਸਟਰ ਨੂੰ ਨਾ ਬਚਾਉਣ ਇਮੀਡੀਏਟਲੀ ਹੀ ਸ਼ੁੱਡ ਬੀ ਡਿਸਮਿਸਡ ਮੈਂ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਇੱਕ ਐਡਾ ਵੱਡਾ ਹਾਦਸਾ ਹੋਇਆ ਇਲੀਗਲ ਫੰਕਸ਼ਨ ਤੁਸੀਂ ਕਰਾਓ ਵਿਦਾਊਟ ਪਰਮਿਸ਼ਨ ਵਿਦਾਊਟ ਇਨਫੋਰਮਿੰਗ ਐਡਮਿਨਿਸਟ੍ਰੇਸ਼ਨ
ਤੁਸੀਂ ਇਕੱਠ ਕਰੋ ਅਤੇ ਤੁਸੀਂ ਉੱਥੇ ਇੰਨੇ ਬੰਦੇ ਮਾਰੇ ਜਾਣ, ਹੂਜ਼ ਪ੍ਰਾਇਮਰੀ ਰਿਸਪੋਂਸੀਬਿਲਟੀ ਦੈਟ? ਸਿੱਧੀ ਗੱਲ ਹੈ, 70 ਲੋਕ ਤੁਸੀਂ ਕਮਿਸ਼ਨਰ ਨੇ ਕਿਹਾ, ਕਮਿਸ਼ਨਰ ਆਫ ਕਾਰਪੋਰੇਸ਼ਨ ਕਹਿ ਰਹੀ ਹੈ ਕਿ ਕੋਈ ਇਲੀਗਲ ਫੰਕਸ਼ਨ ਹੈ, ਸਾਨੂੰ ਕੋਈ ਦੱਸਿਆ ਨਹੀਂ ਗਿਆ। ਪੁਲਿਸ ਕਮਿਸ਼ਨਰ ਕਹਿ ਰਿਹਾ ਸਾਨੂੰ ਕੋਈ ਦੱਸਿਆ ਨਹੀਂ ਗਿਆ। ਤੁਸੀਂ ਕਹਿ ਰਹੇ ਹੋ ਕਿ 10-15,000 ਬੰਦਾ ਇਕੱਠਾ ਕਰਕੇ ਤੁਸੀਂ ਸਟੇਜ ਲਾ ਕੇ ਓਪਨਲੀ ਤੁਸੀਂ ਸਿਸਟਮ ਸੈੱਟ ਕੀਤਾ ਜਿੱਥੇ ਉਹ ਹਾਦਸਾ ਹੋਇਆ, ਹੂਜ਼ ਰਿਸਪੋਂਸੀਬਲ? ਮੈਂ ਕਲੀਅਰਲੀ ਕਰਨਾ ਚਾਹੁੰਦਾ, ਜਰਾਨਾ ਤੋੜ ਲੈਣਾ, ਮੈਂ ਉਹਨਾਂ ਕਹਿਣਾ ਚਾਹੁੰਦਾ, ਮੈਨੂੰ ਦੁੱਖ ਲੱਗਦਾ ਉਹਨਾਂ ਦੇ, ਆਪਣੀ ਦੋਸਤੀ ਨੂੰ ਵਿੱਚ ਲਿਆ ਰਹੇ ਹੈ ਲੋਕਾਂ ਦੀ ਟ੍ਰੈਜਡੀ। ਦੇਖੋ, ਲੋਕਾਂ ਦੀ ਟ੍ਰੈਜਡੀ ਨਾਲ ਉਹਨਾਂ ਆਪਣੀ ਦੋਸਤੀ ਲਿਆ ਰਹੇ ਹੈ। ਜੇ ਸਿੱਧੂ ਸਾਹਿਬ ਦੀ ਜਗ੍ਹਾ ਕੋਈ ਹੋਰ ਹੁੰਦਾ, ਉਹਨਾਂ ਨੇ ਪਹਿਲੇ ਕਹਿਣਾ ਸੀ ਕਿ ਇਹਨਾਂ ਨੂੰ ਅੰਦਰ ਕਰੋ। ਦੇਖੋ, ਯਾਰਾਨਾ ਪਾਲ ਰਹੇ ਆ, ਲੋਕਾਂ ਦੇ ਦਰਦ ਨੂੰ ਨਹੀਂ ਮਹਿਸੂਸ ਕਰ ਰਹੇ। 70-80 ਲੋਕ ਦੀਆਂ ਦੀ ਡੈਥ ਹੋ ਗਈ ਹੈ, ਉਹ ਦਰਦ ਨਹੀਂ ਮਹਿਸੂਸ ਹੋਇਆ, ਯਾਰਾਨਾ ਪਾਲੇ ਜਾ ਰਹੇ। ਬੜੇ ਅਫਸੋਸ ਦੀ ਗੱਲ ਹੈ ਕਿ ਹਾਲਾਤ ਪੈਦਾ ਕੀਤੇ, ਲੋਕਾਂ ਪ੍ਰਤੀ ਉਹਨਾਂ ਦੀ ਕੀ ਭਾਵਨਾ ਸਪਸ਼ਟ ਹੋ ਰਹੀ ਹੈ। ਨਾਲੇ ਆਹ ਮੇਅਰ ਸਾਹਿਬ ਦਾ ਵੀ ਟਵੀਟ ਆ ਗਈ ਹੈ ਕਿ ਅਸੀਂ ਕੋਈ ਪਰਮਿਸ਼ਨ ਨਹੀਂ ਦਿੱਤੀ ਸੀ। ਵਾਹ, ਕੀ ਚਾਹੀਦਾ ਕੀ ਹੈ? ਕਮਿਸ਼ਨਰ ਆਫ ਪੁਲਿਸ ਨੇ ਕਹਿਤਾ, ਕਮਿਸ਼ਨਰ ਕਾਰਪੋਰੇਸ਼ਨ ਨੇ ਕਹਿਤਾ, ਮੇਅਰ ਨੇ ਕਹਿਤਾ, ਅਤੇ ਜਿਹੜਾ ਇਨਕੁਆਇਰੀ ਕਰ ਰਿਹਾ ਕਿ ਉਹ ਮਿਨਿਸਟਰ ਨੂੰ ਗਿਲਟੀ ਕਦੇ ਕਰ ਦੂਗਾ? ਉਹ ਪੰਜਾਬ ਸਰਕਾਰ ਦਾ ਅਫਸਰ ਹੈ, ਵਾਟ ਇਜ਼ ਹੈਪਨਿੰਗ? ਓਬਵੀਅਸਲੀ ਜੇ ਗੈਰ ਕਾਨੂੰਨੀ ਤੁਸੀਂ ਕੀਤਾ ਹੈ, ਜਿੱਥੇ ਇੰਨੇ ਲੋਕ ਮਾਰੇ ਗਏ ਹੈ, ਤਾਂ ਤੁਸੀਂ ਦੋਸ਼ੀ ਨਹੀਂ, ਤਾਂ ਹੋਰ ਕੌਣ ਦੋਸ਼ੀ ਹੈ? ਇਹਦੇ 'ਚ ਮੈਨੂੰ ਕਹਿਣ ਦੀ ਲੋੜ ਨਹੀਂ, ਤੁਸੀਂ ਸਾਰੇ, ਮੈਂ ਕਹਿੰਦਾ ਇਟ ਇਜ਼, ਮੈਂ ਫਿਰ ਤੋਂ ਰਿਪੀਟ ਕਰਨਾ ਚਾਹੁੰਦਾ, ਮੈਂ ਦਿਲੋਂ ਕਹਿ ਰਿਹਾ, ਆਈ ਐਮ ਨੋਟ ਡੂਇੰਗ ਪੋਲੀਟਿਕਸ ਇਸ ਮੌਕੇ 'ਤੇ, ਪੋਲੀਟਿਕਸ ਦੀ ਮੈਂ ਤੁਹਾਨੂੰ ਭਾਵਨਾ ਜਨਤਾ ਦੀ, ਲੋਕਾਂ ਦੀ, ਵਿਕਟਿਮ ਦੀ ਦੱਸ ਰਿਹਾ। ਐਂਡ ਜੋ ਉੱਥੇ ਸਟੋਰੀ ਸੁਣੀ ਹੈ, ਜੋ ਵਿਕਟਿਮ ਗੱਲਾਂ ਸੁਣੀਆਂ, ਮੈਨੂੰ ਲੱਗਦਾ ਤੁਸੀਂ ਆਪ ਖੜ ਕੇ ਸੁਣ ਨਹੀਂ ਸਕਦੇ, ਐਡਾ ਵੱਡੀ ਦੁੱਖ ਦੀ ਕਹਾਣੀ ਹੈ। ਆਈ ਥਿੰਕ ਅੰਮ੍ਰਿਤਸਰ ਦਾ ਮੇਅਰ, ਇੱਕ ਮਿੰਟ ਜੀ, ਆਈ ਡੋਂਟ ਵਾਂਟ ਟੂ, ਆਈ ਐਮ ਫਸਟ, ਲੈਟ ਅਸ ਸੀ ਪਹਿਲੇ ਇਹਨਾਂ ਨੂੰ ਕੀ ਕਰਦੇ ਆ। ਅੰਮ੍ਰਿਤਸਰ ਦਾ ਮੇਅਰ ਸ਼ਹਿਰ ਦਾ ਫਸਟ ਸਿਟੀਜ਼ਨ ਹੈ, ਕਾਂਗਰਸ ਦਾ ਹੀ ਮੇਅਰ ਹੈ, ਉਹ ਕਹਿ ਰਿਹਾ ਅੰਮ੍ਰਿਤਸਰ ਮੇਅਰ ਕਰਮਜੀਤ ਸਿੰਘ ਰਿੰਟੂ ਸੇ ਦ ਆਰਗਨਾਈਜ਼ਰ ਆਫ ਦਾ ਦੁਸਹਿਰਾ ਫੰਕਸ਼ਨ ਦੈਟ ਲੈਡ ਟੂ ਦੀ ਅੰਮ੍ਰਿਤਸਰ ਟ੍ਰੇਨ ਐਕਸੀਡੈਂਟ ਡਿਡ ਨਾਟ ਟੇਕ ਐਨੀ ਪਰਮਿਸ਼ਨ ਟੂ ਹੋਲਡ ਦਾ ਫੰਕਸ਼ਨ ਫਰੋਮ ਦਾ ਮਿਊਨਿਸਪਲ ਕਾਰਪੋਰੇਸ਼ਨ। ਦਾ ਧੋਬੀ ਘਾਟ ਗਰਾਊਂਡ ਵੇਅਰ ਦਾ ਫੰਕਸ਼ਨ ਵਾਜ਼ ਹੈਲਡ ਬਿਲੋਂਗਸ ਟੂ ਦੀ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ। ਆਈ ਡੋਂਟ ਨੋ ਵਾਟ ਪਰੂਫ ਇਜ਼ ਨੀਡਿਡ। ਨਹੀਂ, ਮੈਨੂੰ ਥੋੜ੍ਹਾ ਜੋ ਮੈਂ ਲੱਗ ਰਿਹਾ ਕਿ ਇਹ ਗਵਰਨਮੈਂਟ ਦਾ ਕਵਰ ਅਪ ਚੱਲ ਰਿਹਾ ਹੈ। ਬਹੁਤ ਪਰਿਵਾਰ ਮਿਲੇ ਹੈ ਜਿਨ੍ਹਾਂ ਨੇ ਕਿਹਾ ਸਾਡਾ ਕੋਈ ਬੱਚਾ ਮਿਸਿੰਗ ਹੈ, ਕੋਈ ਮੇਰੀ ਮਾਤਾ ਮਿਸਿੰਗ ਹੈ, ਕੋਈ ਮੈਨੂੰ ਘੱਟ ਤੋਂ ਘੱਟ 15 ਪਰਿਵਾਰ ਮੈਨੂੰ ਮਿਲੇ ਆ ਜਿਨ੍ਹਾਂ ਦੇ ਫੈਮਿਲੀ ਦੇ ਕੋਈ ਨਾ ਕੋਈ ਮੈਂਬਰ ਮਿਸਿੰਗ ਹੈ। ਜਿਹੜਾ ਮੈਂ SDM ਉੱਥੋਂ ਦੇ ਪਤਾ ਕੀਤਾ ਸੀ, ਉਹ ਉਹਨਾਂ ਦੀ ਲਿਸਟ 'ਚ ਨਹੀਂ ਹੈ। ਸੋ ਇਹਦਾ ਮਤਲਬ ਹਲੇ ਐਂਡ ਤੁਸੀਂ ਵੱਡੀ ਗੱਲ ਆ, ਤੁਸੀਂ ਦੇਖੋ ਪੁਲਿਸ ਨੇ ਉਹ ਸਾਰੀ ਜਗ੍ਹਾ ਨੂੰ ਇੰਨਾ ਕਲੀਨ ਕਰ ਦਿੱਤਾ ਕਿ ਜਿਹੜਾ ਬੰਦਾ ਇਨਵੈਸਟੀਗੇਟ ਕਰੇ ਉਹਦੀ ਕੋਈ ਛੱਡਿਆ ਹੀ ਨਹੀਂ ਕੋਈ ਚੀਜ਼ ਸਾਈਡ 'ਤੇ, ਜਿਹੜੀ ਨਾ ਕੋਈ ਇਨਵੈਸਟੀਗੇਸ਼ਨ ਕਰਕੇ ਕੋਈ ਪਤਾ ਲੱਗ ਸਕੇ। ਪੁਲਿਸ ਨੇ ਬਿਲਕੁਲ ਹੀ ਉਹ ਸਾਈਟ ਕਲੀਨ ਕਰਤੀ ਹੈ। ਇਹ ਗੱਲ ਦੀ ਵੀ ਲੋਕ ਕੰਪਲੇਂਟ ਕਰ ਰਹੇ ਜੀ ਕਿ ਉਹ ਬਿਲਕੁਲ ਹੀ ਸਫਾਇਆ ਹੀ ਕਰ, ਕਹਿੰਦੇ ਰਾਤੋਂ ਰਾਤ ਹੀ ਸਾਫ਼ ਕਰ ਗਏ ਆ। ਮਤਲਬ ਦਿਸ ਇਜ਼ ਆਲਸੋ ਪੀਪਲਸ ਕੰਪਲੇਂਟ ਆਊਟ ਦੇਅਰ। ਤੁਹਾਨੂੰ ਲੱਗਦਾ ਵੀ ਜਿਹੜਾ ਆਫੀਸ਼ੀਅਲ ਕੰਮ ਕਰ ਰਿਹਾ ਹੈ ਉਹਨਾਂ ਦਾ ਕੈਜੁਅਲਟੀ ਦਾ ਇਹਦੇ 'ਚ ਕੋਈ ਫਰਕ ਹੋ ਸਕਦਾ ਹੈ? ਕਿਉਂਕਿ ਦਿਸ ਇਜ਼ ਵਾਟ ਜੋ ਜਨਤਾ ਨੇ ਉੱਥੇ ਫੈਮਿਲੀ ਨੇ ਸਾਨੂੰ ਗੱਲ ਕੀਤੀ ਹੈ, ਮੈਂ ਉਹਨਾਂ ਦੀ ਗੱਲ ਕਰ ਰਿਹਾ।
ਕਰ ਰਿਹਾ ਮੈਨੂੰ 10-15 ਫੈਮਿਲੀਜ਼ ਮੈਂ ਐਗਜ਼ੈਕਟ ਇੰਨਾ ਹੀ ਹੋਣੀਆਂ ਜਿਹੜੀਆਂ ਮੈਨੂੰ ਮਿਲੀਆਂ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਮਿਸਿੰਗ ਹੈ। ਸੋ ਉਹਨਾਂ ਦੇ ਨਾਂ ਮੈਂ ਜਦੋਂ ਪੁਲਿਸ ਨੂੰ ਪੁੱਛਿਆ ਸੀ ਅਤੇ ਜਿਹੜਾ ਕਮਿਸ਼ਨਰ ਉਹਨਾਂ ਨੇ ਜਿਹੜੀ ਡੈੱਡ ਬੋਡੀਜ਼ ਆਈਆਂ ਉਹਨਾਂ ਨੇ ਦੱਸੀਆਂ ਇੰਨੀਆਂ ਜਿਹੜੀ ਆਈਡੈਂਟੀਫਾਈਡ ਹੋ ਗਈਆਂ ਅਤੇ ਜਿਹੜੇ ਇੰਜਰਡ ਹੈ ਉਹਨਾਂ ਨੇ ਹੈ। ਆਹ ਜਿਹੜੇ ਲੋਕ ਹੈ ਇਹਨਾਂ ਨੇ ਇੱਥੇ ਹੋਸਪਿਟਲ 'ਚ ਵੀ ਆਏ, ਉਹਨਾਂ ਨੂੰ ਉਹ ਬੰਦੇ ਨਹੀਂ ਮਿਲੇ ਪਰਿਵਾਰ ਦੇ ਮੈਂਬਰ ਜਾਂ ਹੋਰ ਕਿਤੇ। ਮੈਂ ਕੁਛ ਕਹਿ ਨਹੀਂ ਸਕਦਾ ਕਿਉਂਕਿ ਉੱਥੇ ਜੋ ਵੀ ਹੋਏ ਇਨਫੋਰਮੇਸ਼ਨ ਸਹੀ ਹੋਣੀ। ਵੀ ਜਸਟ ਹੋਪ ਇਟਸ ਨਾਟ ਮੋਰ, ਮਗਰ ਲੋਕਾਂ ਦੀ ਭਾਵਨਾ ਇਹ ਹੈ, ਵੀ ਹੋਪ ਇਟਸ ਨਾਟ ਮੋਰ, ਮਗਰ ਲੋਕਾਂ ਦੀ ਭਾਵਨਾ ਇਹ ਹੈ ਕਿ ਇਹ ਸੱਚਾਈ ਤੋਂ ਦੂਰ ਹੈ, ਇਹ ਲੋਕਾਂ ਦੀ ਭਾਵਨਾ। ਮੈਂ ਦੱਸਦਾ ਜੀ ਇਹਦੇ 'ਚ ਦੇਖੋ, ਮੈਂ ਇਹਦਾ ਪਤਾ ਲਿਆ ਜੀ। ਪਹਿਲੀ ਗੱਲ ਤਾਂ ਪਿਛਲੇ ਸਾਲ ਉੱਥੇ ਪਰਮਿਸ਼ਨ ਨਹੀਂ ਮਿਲੀ ਸੀ ਅਤੇ ਦੁਸਹਿਰਾ ਉੱਥੇ ਨਹੀਂ ਮਨਾਇਆ ਗਿਆ ਸੀ। ਦੂਜੀ ਗੱਲ ਜੋ ਮੈਨੂੰ ਪਤਾ ਲੱਗਿਆ ਜੀ ਕਿ ਉੱਥੇ ਉਸ ਤੋਂ ਪਿਛਲੇ ਸਾਲ ਜਦ ਦੁਸਹਿਰਾ ਮਨਾਇਆ ਸੀ ਉਹ ਕਿ ਜੇ ਕੋਈ ਤੁਸੀਂ ਪਾਰਟੀ ਦੀ ਗੱਲ ਕਰ ਰਹੇ ਹੋ, ਕਿਸੇ ਪਾਰਟੀ ਨਹੀਂ ਨੇ, ਇੱਕ ਇੰਡੀਵਿਜੁਅਲ ਨੇ ਮਨਾਇਆ ਸੀ ਬੜੇ ਛੋਟੇ ਪੱਧਰ 'ਤੇ। ਇਹ ਇਸ ਲੈਵਲ ਦਾ ਪ੍ਰੋਗਰਾਮ ਜਿਵੇਂ ਇਹ ਤੁਹਾਨੂੰ ਵੀ ਪਤਾ ਸ਼ਾਇਦ ਅੰਮ੍ਰਿਤਸਰ 'ਚ ਜਿਹੜੇ ਰਹਿੰਦੇ ਆ ਕਿ ਸਭ ਤੋਂ ਵੱਡੇ ਪੱਧਰ 'ਤੇ ਜੇ ਕੋਈ ਦੁਸਹਿਰਾ ਮਨਾਉਂਦਾ ਸੀ ਪਹਿਲਾਂ ਸੋਨੀ ਸਾਹਿਬ ਮਨਾਉਂਦੇ ਸੀ, ਫਿਰ ਉਹ ਤੋਂ ਬਾਅਦ ਹੌਲੀ ਹੌਲੀ ਆਪਣਾ ਜੋਸ਼ੀ ਜੀ ਮਨਾਉਣ ਲੱਗ ਪਏ, ਫਿਰ ਇੱਕ ਹੋਰ ਹੋ ਗਿਆ। ਮਗਰ ਇਹ ਇੱਕ ਕੌਂਸਟੀਟੂਐਂਸੀ ਲੈਵਲ ਦਾ ਵੱਡੇ ਪੱਧਰ 'ਤੇ ਇਸ ਪੱਧਰ 'ਤੇ ਉੱਥੇ ਕਦੇ ਵੀ ਨਹੀਂ ਮਨਾਇਆ ਗਿਆ। ਐਂਡ ਹਾਦਸਾ ਵਾਪਰਨ ਦਾ ਕਾਰਨ ਇਹ ਹੈ ਕਿ ਉਹ ਲੋਕੈਲਿਟੀ ਤੱਕ ਸੀਮਿਤ ਸੀ, 200-400 ਬੰਦਾ ਸੀ, ਤਦੇ ਕਦੇ ਹਾਦਸਾ ਹੋਇਆ ਨਹੀਂ। ਜਦੋਂ ਕੋਈ ਜਗ੍ਹਾ ਸਮਾ ਨਾ ਸਕੇ ਹਜ਼ਾਰਾਂ ਦੀ ਬਿਣਤੀ 'ਚ, ਇੱਥੇ ਪਰਮਿਸ਼ਨ 'ਚ ਉਹ ਕਹਿ ਰਹੇ ਕਿ 20,000 ਬੰਦਾ ਆਊਗਾ, ਪਰਮਿਸ਼ਨ ਮਿਲ ਨਹੀਂ ਰਹੀ। ਤੁਸੀਂ ਸਾਰਾ ਕੁਛ ਤਾਂ ਧੱਜੀਆਂ 'ਤੇ ਲਾ ਤਾ, ਲੋਕਾਂ ਦੀ ਜਾਨ ਤਾਂ ਆਪ ਖਤਰੇ 'ਚ ਪਾ ਤੀ, ਫਿਰ ਕਹਿ ਰਹੇ ਵੇਖੋ ਜੀ ਕਿਵੇਂ ਰੇਲਵੇ ਲਾਈਨ 'ਚ ਖੜੇ। ਇਟਸ ਆਲ ਕ੍ਰਿਮੀਨਲ। ਪਹਿਲੀ ਗੱਲ ਮੈਂ ਕਹਿਣਾ ਚਾਹੁੰਦਾ ਮੈਂ ਜਿਹੜਾ ਕਹਿਣਾ ਚਾਹੁੰਦਾ, ਅ ਮਿਨਿਸਟਰ ਫੰਕਸ਼ਨ ਕਰੇ ਵਿਦਆਊਟ ਪਰਮਿਸ਼ਨ, ਆਪਣੀ ਮਹਿਕਮਾ ਉਹਦਾ ਹੋਏ ਅਤੇ ਆਪ ਕਾਨੂੰਨ ਦੀ ਧੱਜੀਆਂ ਉਡਾਏ, ਇਹ ਤੋਂ ਵੱਧ ਕੀ ਇਲੈਗਲਿਟੀ ਹੋ ਸਕਦੀ ਹੈ? ਕਿਸੇ ਮਹਿਕਮਾ ਹੋਰ ਨਹੀਂ, ਆਪਣਾ ਉਹਦਾ ਆਪਣਾ ਮਹਿਕਮਾ, ਉਹਦੇ ਆਪਣੇ ਮਹਿਕਮੇ ਦੀ ਜ਼ਮੀਨ, ਉੱਥੇ ਵਿਦਆਊਟ ਪਰਮਿਸ਼ਨ, ਵਿਦਆਊਟ ਸਿਕਿਉਰਿਟੀ ਅਰੇਂਜਮੈਂਟਸ, ਵਾਈ ਵਿਦਆਊਟ ਪ੍ਰਕੇਸ਼ਨ ਕਰਾਏ ਜਸਟ ਬਿਕੋਜ਼ ਕਿ ਮੈਂ ਉੱਥੋਂ ਦਾ ਮੰਤਰੀ ਹੈ? ਆਹ ਸਭ ਤੋਂ ਵੱਡੀ ਵਾਇਲੇਸ਼ਨ ਹੈ, ਆਹ ਸਾਰੀ ਮਿਸਯੂਜ਼ ਆਫ ਪਾਵਰ ਹੈ। ਐਂਡ ਉਹਦੇ ਬਾਅਦ ਹਾਦਸਾ ਹੋ ਜੇ ਤਾਂ ਕਹਿ ਮੈਂ ਰਿਸਪੋਂਸੀਬਲ ਨਹੀਂ ਹੈ, ਡਬਲ ਸਟੈਂਡਰਡ ਹੀ ਹੋ ਸਕਦੇ। ਮੈਂ ਉਹਦੇ ਬਾਰੇ ਨਹੀਂ ਕਹਿਣਾ। ਥੈਂਕ ਯੂ, ਥੈਂਕ ਯੂ।